ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਾਹਮਣੇ ਕਿਲ੍ਹਾ ਦਰਾਵੜ ਮੌਜੂਦ ਹੈ ਜਿਹੜਾ ਖਸਤਾ ਹਾਲੀ ਦਾ ਸ਼ਿਕਾਰ ਹੈ, ਲੇਕਿਨ ਜਿਸ ਪੁਆਇੰਟ ਆਫ ਵਿਊ ਨਾਲ ਮੈਂ ਗੱਲ ਕਰਨਾ ਚਾਹ ਰਿਹਾ ਕਿ ਇਹ ਸਾਰਾ ਸਾਡਾ ਖਿੱਤਾ ਜਿਹੜਾ ਸਬ ਕੰਟੀਨੈਂਟ ਦੀ ਅਗਰ ਗੱਲ ਕੀਤੀ ਜਾਏ ਬਿਹਤਰੀਨ ਖਿੱਤਾ ਸੀ ਜਿਹਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ। ਲੇਕਿਨ ਹਮੇਸ਼ਾ ਤੋਂ ਇਹ ਖਿੱਤਾ ਜਿਹੜਾ ਵੇ ਬਦਅਮਨੀ ਦਾ ਸ਼ਿਕਾਰ ਰਿਹਾ, ਜੰਗਾਂ ਦਾ ਸ਼ਿਕਾਰ ਰਿਹਾ। ਜਿਤਨੇ ਹੁਕਮਰਾਨ ਗੁਜ਼ਰੇ ਸਵਾਈ ਚੰਦ ਦੇਖ ਤੋਂ ਸਭ ਨੇ ਜੰਗਾਂ ਦੀ ਤਰਫ ਜ਼ਿਆਦਾ ਧਿਆਨ ਦਿੱਤਾ ਵੇ, ਆਵਾਮ ਦੀ ਫਲਾਹ ਬਹਬੂਦ ਦੇ ਉੱਤੇ ਜਾਂ ਇਸ ਏਰੀਏ ਨੂੰ ਅਪਲਿਫਟ ਕਰਨ ਦੇ ਉੱਤੇ ਕੋਈ ਇੰਨਾ ਫੋਕਸ ਨਹੀਂ ਹੋਇਆ। ਅਗਰ ਸਾਰੀ ਹਿਸਟਰੀ ਨੂੰ ਸਟੱਡੀ ਕੀਤਾ ਜਾਏ ਔਰ ਅੱਜ ਤੱਕ ਦੇ ਹਾਲਾਤ ਦੇਖੇ ਜਾਣ ਤਾਂ ਆਵਾਮ ਉਸੇ ਤਰ੍ਹਾਂ ਜ਼ਲੀਲ ਖੁਆਰ ਹੋ ਰਹੀ ਹੈ ਔਰ ਜਿਹੜੇ ਮਾਮਲਾਤ ਨੇ ਉਸੇ ਦੇ ਉਸੇ ਤਰ੍ਹਾਂ ਚੱਲਦੇ ਜਾ ਰਹੇ ਨੇ ਕਿ ਇਹਨਾਂ ਨੂੰ ਬਣਾਉਣ ਵਾਲੇ ਅੱਜ ਕਿੱਥੇ ਨੇ। ਸਭ ਮਾਰੂ ਖੱਪ ਗਏ, ਸਭ ਦੁਨੀਆ ਤੋਂ ਚਲੇ ਗਏ, ਲੇਕਿਨ ਸਾਡੇ ਸਭ ਵਾਸਤੇ ਇੱਕ ਪੈਗਾਮ ਹੀ ਹੈ। ਅਸੀਂ ਕਿੰਨਾ ਕੁ ਲੁੱਟ ਲਾਂਗੇ ਆਵਾਮ ਨੂੰ, ਅਸੀਂ ਕਿੰਨਾ ਕੁ ਕਿਸੇ ਦਾ ਖੂਨ ਚੂਸ ਲਾਂਗੇ, ਆਹ ਹਰ ਇੱਕ ਦਿਨ ਮਰਨਾ ਵੇ। ਸਾਨੂੰ ਉਹ ਸਟੈਪ ਲੈਣੇ ਚਾਹੀਦੇ ਨੇ ਜਿਹੜੇ ਆਵਾਮ ਦੀ ਫਲਾਹ ਬਹਬੂਦ ਵਾਸਤੇ ਹੋਣ, ਸਭ ਨੂੰ ਮਿਲ ਕੇ ਇਸ ਹਿੱਤੇ ਦੀ ਵੈਲਫੇਅਰ ਵਾਸਤੇ ਜਿਹੜਾ ਕੰਮ ਕਰਨਾ ਚਾਹੀਦਾ।